ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪਾਰਟੀ ਛੱਡਣ ਦੀ ਜਾਂ ਨਵੀਂ ਜੁਆਇਨਿੰਗ ਕਰਨ ਦੀ ਇਹ ਵੱਡੇ ਵੱਡੇ ਲੀਡਰਾਂ ਨੂੰ ਸ਼ੋਭਾ ਦਿੰਦੀਆਂ ਨੇ ਕਿਉਂਕਿ ਉਹਨਾਂ ਵਾਸਤੇ ਕੁਰਸੀ ਸਭ ਤੋਂ ਵੱਡੀ ਚੀਜ਼ ਹੈ ਤੇ ਕੁਰਸੀ ਦੇ ਲਾਲਚ ਪਿੱਛੇ ਇੱਕ ਬੰਦਾ ਸੀਐਮ 9.5 ਸਾਲ ਜਿਸ ਪਾਰਟੀ ਨੇ ਬਣਾਇਆ ਹੈ ਉਹਨੂੰ ਦਗਾ ਦੇ ਕੇ ਜਾ ਸਕਦਾ ਕਿਸੇ ਦੀ ਨਿੱਜੀ ਦੁਸ਼ਮਣੀ ਨਹੀਂ ਹੁੰਦੀ ਸੰਗਲ ਸਾਹਿਬ ਦੁਸ਼ਮਣੀਆਂ ਸਿਆਸੀ ਦੁਸ਼ਮਣੀਆਂ ਨੇ ਵਰਕਰ ਕਦੀ ਵੀ ਉਦੋਂ ਤੱਕ ਪਾਰਟੀ ਨਹੀਂ ਛੱਡਦਾ ਜਦੋਂ ਤੱਕ ਇੰਤਿਹਾਨ ਨਾ ਹੋ ਜਾਏ। ਗੱਲ ਜੀ ਤੁਸੀਂ ਜੁੜੇ ਹੋਏ ਹੋ ਲਾਈਵ ਭਾਰਤੇ ਮੈਂ ਤੁਹਾਡਾ ਆਪਣਾ ਬਲਵਿੰਦਰ ਸਿੰਘ ਸਰੰਗਲ। ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਕੌਟੇਸ਼ਾਹ ਜੀ ਦੇ بیٹے ਕੋਲੋ ਸ਼੍ਰੀ ਸ਼ਰੇਸ਼ ਕੁਮਾਰ ਬੱਬਲੂ ਜੀ ਦੇ ਦਫਤਰ ਵਿਖੇ ਜਿੱਥੇ ਅੱਜ ਵੱਖ-ਵੱਖ ਮੁੱਦਿਆਂ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਉਣ ਵਾਲੀ 2022 ਦੀ ਇਲੈਕਸ਼ਨ ਨੂੰ ਲੈ ਕੇ ਇਹ ਕਿਸ ਤਰ੍ਹਾਂ ਵੇਖ ਰਹੇ ਹਨ। ਔਰ ਇਹ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਿਛਲੇ ਲੰਬੇ ਸਮੇਂ ਤੋਂ ਲਗਭਗ 4.5 ਸਾਲ ਇਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਇਗਨੋਰ ਕੀਤਾ ਗਿਆ ਸ਼ਹਿਰ ਵਿੱਚ ਸ਼ਰੀਆਂ ਚਰਚਾਵਾਂ ਮੁਤਾਬਕ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕੋਈ ਪਾਰਟੀ ਨਵੀਂ ਜੁਆਇਨ ਕਰ ਜਨ ਇਹਨਾਂ ਮੁੱਦਿਆਂ ਤੇ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਕਰਨ ਜਾ ਰਹੇ ਹਾਂ ਸ਼੍ਰੀ ਸ਼ਰੇਸ਼ ਕੁਮਾਰ ਬਬਲੂ ਜੀ ਨਾਲ ਬਬਲੂ ਜੀ ਸਭ ਤੋਂ ਪਹਿਲਾਂ ਤੁਹਾਡਾ ਲਾਈਵ ਭਾਰਤ ਚੈਨਲ ਤੇ ਸਵਾਗਤ ਹੈ ਧੰਨਵਾਦ ਜੀ ਸ਼ੁਕਰੀਆ ਲਾਈਵ ਭਾਰਤ ਵਾਲਿਆਂ ਦਾ ਤੁਹਾਡਾ ਸਰੰਗਲ ਸਾਹਿਬ ਤੁਸੀਂ ਵਧੀਆ ਪੱਤਰਕਾਰ ਜੇ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਤੁਹਾਡੇ ਚੈਨਲ ਤੇ ਆਪਣੀਆਂ ਗੱਲਾਂ ਕਰ ਸਕਾਂ ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਮੇਰਾ ਸਵਾਲ ਬਬਲੂ ਜੀ ਇਹ ਹੈ ਕਿ ਆਉਣ ਵਾਲੀ 2022 ਦੀ ਇਲੈਕਸ਼ਨ ਨੂੰ ਲੈ ਕੇ ਤੁਸੀਂ ਕਿਵੇਂ ਦੇਖ ਰਹੇ ਹੋ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਜੋ ਸਾਡੇ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸਰਦਾਰ ਤ੍ਰਿਪਿੰਦਰ ਸਿੰਘ ਬਾਜਵਾ ਜੀ ਨੇ ਲੋਕਾਂ ਨਾਲ ਥਾਂ-ਥਾਂ ਤੇ ਸਟੇਜਾਂ ਤੇ ਇਹ ਵਾਅਦਾ ਕੀਤਾ ਸੀ ਕਿ ਅੰਮ੍ਰਿਤਸਰ ਵਾਲੀ ਸੜਕ ਸਟੇਡੀਅਮ ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਮੁੱਦੇ ਨੇ ਜਿਹੜੇ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਮੈਂ ਇਹਨਾਂ ਨੂੰ ਪੂਰੇ ਕਰਾਂਗਾ ਤੇ ਫਿਰ ਤੁਹਾਡੇ ਕੋਲ ਆਉਣ ਵਾਲੀ 2022 ਦੀ ਇਲੈਕਸ਼ਨ ਦੇ ਵਿੱਚ ਵੋਟਾਂ ਮੰਗਣਾਵਾਂਗਾ ਪਰ ਜੇਕਰ ਉਸ ਵੱਲ ਝਾਤੀ ਮਾਰੀ ਜਾਵੇ ਤਾਂ ਹੋਇਆ ਕੁਝ ਵੀ ਨਹੀਂ ਲੋਕਾਂ ਦੀਆਂ ਜੋ ਥਾਂ-ਥਾਂ ਤੇ ਚਰਚਾਵਾਂ ਚੱਲ ਰਹੀਆਂ ਹਨ ਕਿ ਇਸ ਵਾਰ ਸ਼ਾਇਦ ਤ੍ਰਿਪਤ ਰਜਿੰਦਰ ਸਿੰਘ ਬਾਯਵਾ ਬਟਾਲੇ ਤੋਂ ਇਲੈਕਸ਼ਨ ਲੜਨਾ ਇਹਦੇ ਸਬੰਧ ਵਿੱਚ ਜਰਾ ਖੁੱਲ ਕੇ ਦੱਸੋ ਵੀ ਤੁਹਾਡਾ ਕੀ ਹੈ ਵਿਚਾਰ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਜਿਹੜੀ ਤੇ ਡਵੈਲਪਮੈਂਟ ਦੀ ਗੱਲ ਕਰੀਏ ਅਸੀਂ ਡਵੈਲਪਮੈਂਟ ਦੇ ਵਾਸਤੇ ਬਹੁਤ ਜ਼ਿਆਦਾ ਗ੍ਰਾਂਟ ਜਿਹੜੀ ਹੈ ਰਿਲੀਜ਼ ਹੋਈ ਗਵਰਨਮੈਂਟ ਵੱਲੋਂ ਚਾਹੇ ਉਹ ਕੈਪਟਨ ਸਾਹਿਬ ਵੇਲੇ ਸੀ ਚਾਹੇ ਉਹ ਹੁਣ ਨਵੀ ਚੰਨੀ ਜੀ ਜਦੋਂ ਸੀਐਮ ਬਣੇ ਉਸ ਤੋਂ ਬਾਅਦ ਔਰ ਪਿੰਡਾਂ ਦੇ ਵਿੱਚ ਬਹੁਤ ਵਿਕਾਸ ਹੋਇਆ ਪਿੰਡਾਂ 'ਚ ਬਾਜਵਾ ਸਾਹਿਬ ਵੱਲੋਂ ਕਾਫੀ ਡਵੈਲਪਮੈਂਟ ਕਰਵਾਈ ਗਈ ਹੈ ਕਿਉਂਕਿ ਪਿੰਡ ਉਹ ਵਿਕਾਸ ਮੰਤਰੀ ਸੀ ਔਰ ਹਲਕੇ ਨੂੰ ਬੰਦਾ ਮਾਨ ਸਨਮਾਨ ਮਿਲਣਾ ਹੀ ਮਿਲਣਾ ਸੀ ਵੱਧ ਮਿਲਣਾ ਸੀ ਬਾਕੀਆਂ ਨਾਲੋਂ ਔਰ ਮਿਲਿਆ ਈਸ਼ੂ ਜਿਹੜਾ ਤੁਸੀਂ ਕਹਿ ਰਹੇ ਹੋ ਅੰਮ੍ਰਿਤਸਰ ਵਾਲੀ ਰੋਡ ਦਾ ਔਰ ਸਟੇਡੀਅਮ ਦਾ ਦੇਖੋ ਸਟੇਡੀਅਮ ਦਾ ਕੰਮ ਔਨ ਪ੍ਰੋਸੈਸ ਹੈ ਡੰਪ ਸੀ ਡੰਪ ਨੂੰ ਚਕਾਣਾ ਉੱਥੇ ਉਹ ਸਾਰੀ ਕਰਾਣਾ ਇੱਕ ਬੜਾ ਲੰਬਾ ਚੌੜਾ ਇਹ ਮੁੱਦਾ ਸੀਗਾ ਔਰ ਇਹਨੂੰ ਕਿਦਾਂ ਹੱਲ ਕਰਾਇਆ ਗਿਆ ਇਹਦੀ ਵੀ ਤਾਰੀਫ ਜਿਹੜੀ ਹੈ ਇਹ ਅਸੀਂ ਬਾਜਵਾ ਪਰਿਵਾਰ ਨੂੰ ਦਵਾਂਗੇ ਜਿਆ ਸਵਾਲ ਇਹ ਹੈ ਕਿ ਸ਼ਹਿਰ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਇਸ ਗੱਲ ਦੀਆਂ ਚਰਚਾਵਾਂ ਚੱਲ ਰਹੀਆਂ ਕਿ ਤੁਹਾਡਾ ਜਿਹੜਾ ਪਰਿਵਾਰ ਆ ਉਹ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰ ਸਕਦਾ ਹੈ ਇਹ ਵੀ ਚਰਚਾਵਾਂ ਚੱਲ ਰਹੀਆਂ ਹਨ ਕਿ ਤੁਹਾਨੂੰ 4.5 ਸਾਲ ਪਿੱਛੇ ਇਗਨੋਰ ਕੀਤਾ ਗਿਆ ਪਾਰਟੀ ਵੱਲੋਂ ਕੋਈ ਸਹੀ ਅਹੁਦਾ ਨਹੀਂ ਦਿੱਤਾ ਗਿਆ ਜਿਹੜਾ ਕਿ ਲੰਬੇ ਸਮੇਂ ਤੋਂ ਜਿਵੇਂ ਤੁਹਾਡੇ ਫਾਦਰ ਸਾਹਿਬ ਰੰਧਾਵਾ ਸਾਹਿਬ ਦੇ ਨਾਲ ਬੜਾ ਲੰਮਾ ਸਮਾਂ ਜਿਹੜਾ ਉਹਨਾਂ ਨੇ ਬਤਾਇਆ ਇਹ ਵੀ ਪਤਾ ਲੱਗਾ ਕਿ ਰੰਧਾਵਾ ਸਾਹਿਬ ਨੇ ਹੀ ਤੁਹਾਨੂੰ ਜਿਹੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾਨ ਨੂੰ ਬਾਹ ਫੜਾਈ ਸੀ ਕਿ ਇਹ ਮੇਰੇ ਬਹੁਤ ਨਜ਼ਦੀਕੀ ਸਾਥੀ ਨੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਨੇ ਇਹਨਾਂ ਨੂੰ ਨਾਲ ਲੈ ਕੇ ਚਲੋ ਪਰ ਜੇਕਰ ਇਹ ਵੇਖਿਆ ਜਾਵੇ ਕਿ ਤੁਹਾਨੂੰ ਲੰਬੇ ਸਮੇਂ ਤੋਂ ਕੋਈ ਵੀ ਅਉਦੇ ਨਾਲ ਨਹੀਂ ਨਵਾਜਿਆ ਗਿਆ ਹਰ ਪੱਖੋਂ ਤੁਹਾਨੂੰ ਇਗਨੋਰ ਕੀਤਾ ਗਿਆ ਤੁਸੀਂ ਇਸ ਤੋਂ ਪਹਿਲਾਂ ਵੀ ਤੁਹਾਡੀ ਇੱਕ ਇੰਟਰਵਿਊ ਕੀਤੀ ਗਈ ਸੀ ਉਸ ਵੀ ਤੁਸੀਂ ਬੜਾ ਖੁੱਲ ਕੇ ਆਪਣੇ ਦਿਲ ਦਾ ਗੁਬਾਰ ਕੱਢਿਆ ਸੀ ਕੀ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਤੇ ਨਹੀਂ ਆਇਆ ਕਿ ਤੁਸੀਂ ਚੁੱਪ ਕਰਕੇ ਬੈਠੇ ਹੋ ਕਿ ਪਾਰਟੀ ਨਵੀਂ ਜੁਆਇਨ ਕਰ ਜੋ ਇਹਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਇਹਦੇ ਬਾਰੇ ਥੋੜਾ ਖੁੱਲ ਕੇ ਦੱਸਿਓ ਵੇਖੋ ਮੈਂ ਇੱਕ ਗੱਲ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪਾਰਟੀ ਛੱਡਣ ਦੀ ਜਾਂ ਨਵੀਂ ਜੁਆਇਨਿੰਗ ਕਰਨ ਦੀ ਇਹ ਵੱਡੇ ਵੱਡੇ ਲੀਡਰਾਂ ਨੂੰ ਸ਼ੋਭਾ ਦਿੰਦੀਆਂ ਨੇ ਕਿਉਂਕਿ ਉਹਨਾਂ ਵਾਸਤੇ ਕੁਰਸੀ ਸਭ ਤੋਂ ਵੱਡੀ ਚੀਜ਼ ਹੈ ਵਰਕਰ ਅੱਜ ਵੀ ਵਫਾਦਾਰ ਹੈ ਵਰਕਰ ਪਹਿਲਾਂ ਵੀ ਵਫਾਦਾਰ ਸੀ ਵਰਕਰ ਆਉਣ ਵਾਲੇ ਸਮੇਂ 'ਚ ਵੀ ਵਫਾਦਾਰ ਹੀ ਰਹਿਣਾ ਕਿਉਂਕਿ ਜਿਹੜਾ ਜਮੀਰ ਹੈ ਨਾ ਉਹ ਵਰਕਰ ਦਾ ਜਿੰਦਾ ਰਹਿੰਦਾ ਹੈ ਵਰਕਰ ਆਪਣਾ ਜਮੀਰ ਨਹੀਂ ਮਾਰਦਾ ਪਾਰਟੀਆਂ ਲੀਡਰ ਛੱਡਦੇ ਨੇ ਵੇਖੋ 9.5 ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਡੀ ਕੁਰਸੀ ਤੇ ਬਿਠਾਇਆ ਇੰਡੀਅਨ ਨੈਸ਼ਨਲ ਕਾਂਗਰਸ ਨੇ ਸੀਐਮ ਦੀ ਤੇ ਕੁਰਸੀ ਦੇ ਲਾਲਚ ਪਿੱਛੇ ਇੱਕ ਬੰਦਾ ਸੀਐਮ 9.5 ਸਾਲ ਜਿਸ ਪਾਰਟੀ ਨੇ ਬਣਾਇਆ ਹੈ ਉਹਨੂੰ ਦਗਾ ਦੇ ਕੇ ਜਾ ਸਕਦਾ ਕਈ ਐਮਐਲਏਸ ਨੇ ਜਿਹੜੇ ਐਮਐਲਏ ਸੀ ਉਹ ਦਗਾ ਦੇ ਕੇ ਅੱਜ ਕੋਈ ਬੀਜੇਪੀ ਜੁਆਇਨ ਕਰ ਰਿਆ ਕੋਈ ਕੋਈ ਔਰ ਬਾਨਾ ਇੱਕੋ ਹੀ ਹੈ ਜੀ ਅਸੀਂ ਨਰਾਸ਼ ਆ ਅਸੀਂ ਜੇ ਆ ਪਰ ਵਰਕਰ ਤੁਸੀਂ ਵੇਖਿਓ 10% ਵਰਕਰ ਹੁੰਦੇ ਨੇ ਜਿਹੜੇ ਪਾਰਟੀਆਂ ਛੱਡਦੇ ਨੇ ਨਹੀਂ ਤੇ ਆਪਣੀ ਪਾਰਟੀ ਨਾਲ ਖੜੇ ਰਹਿੰਦੇ ਨੇ। ਸਰਕਾਰ ਕਿਉਂ ਬਣਾਈ ਦੀ ਐ? ਆਪਣੀ ਸਰਕਾਰ ਪਿੱਛੇ ਬਿਨਾਂ ਤਨਖਾਹ ਤੋਂ ਲੜਾਈਆਂ ਕਿਉਂ ਲੜੀ ਦੀਆਂ? ਕਿਉਂ ਲੋਕਾਂ ਨਾਲ ਦੁਸ਼ਮਣੀਆਂ ਪਾਣੇ ਆ? ਮੇਰੀ ਜਾਂ ਮੇਰੇ ਪਰਿਵਾਰ ਦੀ ਜਾਂ ਹੋਰ ਜਿਹੜੇ ਮੇਰੇ ਕਾਂਗਰਸੀ ਵੀਰ ਨੇ ਜਾਂ ਹੋਰ ਜਿਹੜੇ ਵੀ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਚਾਹੇ ਉਹ ਕਾਲੀ ਦਲੇ ਚਾਹੇ ਜਨ ਸੰਗੀ ਨੇ ਚਾਹੇ ਕੋਈ ਵੀ ਨੇ। ਕਿਸੇ ਦੀ ਨਿੱਜੀ ਦੁਸ਼ਮਣੀ ਨਹੀਂ ਹੁੰਦੀ ਸੰਗਲ ਸਾਹਿਬ। ਦੁਸ਼ਮਣੀਆਂ ਸਿਆਸੀ ਦੁਸ਼ਮਣੀਆਂ ਨੇ। ਪੋਲੀਟੀਕਲ ਦੁਸ਼ਮਣੀਆਂ ਨੇ। ਇਹ ਦੁਸ਼ਮਣੀਆਂ ਸਿਆਸਤ ਕਰਕੇ ਪਈਆਂ ਹੁੰਦੀਆਂ ਜਿਹਦੇ ਕਰਕੇ ਲੋਕਾਂ ਨੂੰ ਖਮਿਆਜੇ ਭੁਗਤਨੇ ਪੈਂਦੇ ਨੇ ਕਿਉਂਕਿ ਇੱਕ ਟ੍ਰੈਂਡਿੰਗ ਹੁੰਦੀ ਹੈ ਜੀ ਸਰਕਾਰ ਦੇ ਵਿੱਚ ਜਿਹੜੇ ੱੱੱਕੇ ਹੋਏ ਜਦੋਂ ਸਾਡੀ ਆ ਗਈ ਹੈ ਵੀ ਇੰਜ ਕਰਾ ਬਟ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਹਰ ਪਾਰਟੀ ਦੇ ਵਰਕਰ ਨੂੰ ਇਹ ਲੀਡਰ ਜੋ ਮਰਜ਼ੀ ਕਰ ਲੈਣ ਇਹਨਾਂ ਨੂੰ ਜਾਇਜ਼ ਹੈ ਪਰ ਵਰਕਰ ਆਪਣੀਆਂ ਦੁਸ਼ਮਣੀਆਂ ਨਾ ਪਾਣ ਦੇਖੋ ਅਸੀਂ ਇੱਕੋ ਸਮਾਜ 'ਚ ਰਹਿਣਾ ਹੈ ਇੱਕੋ ਕਸਬੇ 'ਚ ਰਹਿਣਾ ਮੈਂ ਫਤਿਹਗੜ ਚੂੜੀਆਂ ਦੇ ਵੀ ਸਾਰੇ ਆਪਣੇ ਜਨਿਆਵੀ ਪਾਰਟੀਆਂ ਨੂੰ ਬਿਲੋਂਗ ਕਰਨ ਵਾਲੇ ਲੀਡਰਸ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਹੱਥ ਜੋੜ ਕੇ ਕਰੂੰਗਾ ਕਿ ਅਮਨ ਆਮਾਨ ਦੇ ਨਾਲ ਅਮਨ ਸ਼ਾਂਤੀ ਨਾਲ ਆਪੋ ਆਪਣੀ ਪਾਰਟੀ ਦੀ ਵੋਟ ਮੰਗੋ ਆਪਣਾ ਆਪਣੇ ਲੀਡਰਾਂ ਵਾਸਤੇ ਮੰਗੋ ਕਿਸੇ ਨਾਲ ਦੁਸ਼ਮਣੀਆਂ ਨਾ ਪਾਓ ਕਿਉਂਕਿ ਅਸੀਂ ਇੱਕ ਛੋਟੇ ਜਿਹੇ ਕਸਬੇ 'ਚ ਰਹਿਣ ਵਾਲੇ ਪਿੰਡਾਂ ਦੇ ਲੋਕ ਛੋਟੇ ਛੋਟੇ ਪਿੰਡਾਂ 'ਚ ਰਹਿਣ ਵਾਲੇ ਆ ਇਨ੍ਹਾਂ ਪਿੱਛੇ ਅਸੀਂ ਦੁਸ਼ਮਣੀਆਂ ਨਾ ਲਈਏ ਇਲੈਕਸ਼ਨ ਜਿੱਥੇ ਮੰਨ ਕਿਸੇ ਵੋਟਰ ਦਾ ਹੈਗਾ ਉਹਨੇ ਪਾ ਦੇਣੀ ਹੈ ਲੋਕ ਸਿਆਣੇ ਨੇ ਲੋਕ ਸਮਝਦਾਰ ਨੇ ਹਰ ਹਰ ਘਰ ਦੇ ਵਿੱਚ ਅਜ ਪੜਿਆ ਲਿਖਿਆ ਬੱਚਾ ਹਰ ਇੱਕ ਦੇ ਹੱਥ 'ਚ ਮੋਬਾਈਲ ਫੋਨ ਹੈ ਸੋਸ਼ਲ ਸਾਈਟਸ ਨੇ ਟੀਵੀ ਚੱਲ ਰਹੇ ਨੇ ਲੋਕ ਬਹੁਤ ਸਮਝਦਾਰ ਹੋ ਚੁੱਕੇ ਆ ਪਹਿਲਾਂ ਅਨਪੜਤਾ ਸੀ ਉਦੋਂ ਲਾਈ ਲੰਗ ਚੱਲਦੇ ਸੀ ਜੀ ਅੱਜ ਮੇਰਾ ਦਾਦਾ ਇਸ ਪਾਰਟੀ ਨਾਲ ਸੀ ਪਰ ਦਾਦਾ ਇਸ ਪਰ ਹੁਣ ਲੋਕ ਸਮਝਦਾਰ ਨੇ ਰਹੀ ਗੱਲ ਮੇਰੀ ਪਾਰਟੀ ਛੱਡਣ ਦੀ ਦੇਖੋ ਮੈਂ ਇੱਕ ਸਪਸ਼ਟ ਗੱਲ ਤੁਹਾਨੂੰ ਕਵਾਂਗਾ ਵਰਕਰ ਕਦੀ ਵੀ ਉਦੋਂ ਤੱਕ ਪਾਰਟੀ ਨਹੀਂ ਛੱਡਦਾ ਜਦੋਂ ਤੱਕ ਇੰਤਿਹਾਨਾ ਨਾ ਹੋਵੇ ਲੀਡਰ ਭਾਵੇਂ 5 7 10% ਤੇ ਹੀ ਪਾਰਟੀਆਂ ਚੇਂਜ ਕਰ ਜਾਣ ਪਰ ਵਰਕਰ ਨਹੀਂ ਜੇ ਕਦੀ ਪਾਰਟੀ ਛੱਡਦਾ ਵਰਕਰ ਜਿੱਥੇ ਖਲੋਤਾ ਉੱਥੇ ਹੀ ਖਲੋਤਾ ਰਹਿੰਦਾ ਹਾਂ ਕਾਰ ਜ਼ਰੂਰ ਬਹਿ ਜਾਊਗਾ ਪਰ ਵੋਟ ਉਹਦੀ ਜਿਹੜੀ ਹੈ ਆਪਣੀ ਪਾਰਟੀ ਨੂੰ ਹੀ ਜਾਂਦੀ ਹੈ ਹਮੇਸ਼ਾ ਮੇਰਾ ਦੂਸਰਾ ਸਵਾਲ ਇਹ ਹੈ ਕਿ ਹਰ ਵਾਡਾਂ ਦੇ ਵਿੱਚ ਇਹ ਕੁਝ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਕਿ ਸ਼੍ਰੇਸ਼ ਕੁਮਾਰ ਬੱਬਲੂ ਦਾ ਪਰਿਵਾਰ ਇਸ ਵਾਰ ਹੋ ਸਕਦਾ ਹੈ ਪਾਰਟੀ ਵੱਖਰੀ ਜੁਆਇਨ ਕਰ ਜੇ ਪਹਿਲਾ ਮੇਰਾ ਸਵਾਲ ਏ ਦੂਸਰਾ ਸਵਾਲ ਇਹ ਹੈ ਕਿ ਪਿਛਲੇ 4.5 ਸਾਲ ਦਰਮਿਆਨ ਤੁਹਾਨੂੰ ਪਾਰਟੀ ਵੱਲੋਂ ਕਾਫੀ ਇਗਨੋਰ ਕੀਤਾ ਗਿਆ ਇਸ ਦੇ ਬਾਬਤ ਤੁਹਾਡੀ ਇੱਕ ਪਹਿਲਾਂ ਅਸੀਂ ਇੰਟਰਵਿਊ ਲਈ ਸੀ ਜਿਸ ਇੰਟਰਵਿਊ ਦੇ ਦਰਮਿਆਨ ਤੁਸੀਂ ਬੜੇ ਖੁੱਲ ਕੇ ਖੁੱਲੇ ਲਫ਼ਜ਼ਾਂ ਦੇ ਨਾਲ ਆਪਣੇ ਮਨ ਦੀ ਪੜਾਹ ਵੀ ਕਢੀ ਅਸੀਂ ਲੋਕਾਂ ਦੀ ਚਾਰੀ ਵਿੱਚ ਇਹ ਦੱਸਣਾ ਚਾਹਵਾਂਗੇ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਾਰਟੀ ਇਸੇ ਪਾਰਟੀ ਵਿੱਚ ਰਹੋਗੇ ਜਾਂ ਇਹ ਪਾਰਟੀ ਜਿਹੜੀ ਹੈ ਕੋਈ ਛੱਡ ਕੇ ਹੋਰ ਕੋਈ ਜੁਆਇਨ ਕਰੋਗੇ ਇਹਦੇ ਬਾਰੇ ਮੇਰਾ ਸਵਾਲ ਹੈ ਖੁੱਲ ਕੇ ਦੱਸੋ ਦੇਖੋ ਸਰੰਗਲ ਸਾਹਿਬ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਮੈਨੂੰ ਪਤਾ ਅੱਜ ਚਰਚਾ ਬਹੁਤ ਜ਼ਿਆਦਾ ਚੱਲ ਰਹੀ ਹੈ ਕਈ ਜਗ੍ਹਾ ਤੋਂ ਮੈਨੂੰ ਫੋਨ ਵੀ ਮੇਰੇ ਸਾਥੀਆਂ ਦੇ ਆਏ ਕਿ ਕੀ ਇਹ ਗੱਲ ਸੱਚ ਹੈ ਤੁਸੀਂ ਪਾਰਟੀ ਛੱਡ ਰਹੇ ਹੋ ਜੇ ਬੂਆ ਮੈਂ ਇੱਕ ਗੱਲ ਤੁਹਾਨੂੰ ਬੜੀ ਕਲੀਅਰਲੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹਨਾ ਕਿ ਪਾਰਟੀਆਂ ਛੱਡਣਾ ਜਦੋਂ ਪਾਰਟੀ ਕੋਈ ਵਰਕਰ ਛੱਡਦਾ ਨਾ ਉਹ ਬਹੁਤ ਵੱਡੀ ਜਦੋਂ ਇੰਤਿਹ੍ਹਾ ਹੋ ਜਾਂਦੀ ਹੈ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਕਿਉਂਕਿ ਉਹ ਬਾਰ-ਬਾਰ ਵਰਕਰ ਆਪਣਾ ਮੌਕਾ ਜਿਹੜਾ ਲੀਡਰਾਂ ਨੂੰ ਦਿੰਦਾ ਵੀ ਅੱਜ ਵੀ ਸੰਭਲ ਜੋ ਅੱਜ ਵੀ ਸੰਭਲ ਜੋ ਜਦੋਂ ਉਹਦੇ ਇੰਡੀਕੇਸ਼ਨਸ ਲੀਡਰ ਨਹੀਂ ਸਮਝਦੇ ਤੇ ਉਹਦੇ ਤੋਂ ਬਾਅਦ ਉਹਦੇ ਵਾਸਤੇ ਫੈਸਲਾ ਲੈਣਾ ਜ਼ਰੂਰੀ ਹੋ ਜਾਂਦਾ ਕਿ ਮੈਂ ਕੀ ਕਰਾਂ ਹੁਣ ਜੋ ਮੌਕੇ ਦਾ ਸਵਾਲ ਹੈ ਤੁਹਾਡਾ ਮੌਕੇ ਦਾ ਜਵਾਬ ਇਹ ਹੈ ਕਿ ਮੈਂ ਇਸ ਚੀਜ਼ ਦੀ ਡਿਸਕਸ਼ਨ ਆਪਣੇ ਸਾਥੀਆਂ ਨਾਲ ਆਪਣੇ ਵੋਟਰਸ ਦੇ ਨਾਲ ਮੇਰੇ ਵਾਰਡ ਦੇ ਬੰਦੇ ਮੇਰੇ ਸਾਥੀ ਮੇਰੇ ਯਾਰ ਦੋਸਤ ਮੇਰੇ ਰਿਸ਼ਤੇਦਾਰ ਮੇਰਾ ਪਰਿਵਾਰ ਉਹਨਾਂ ਸਾਰਿਆਂ ਦੇ ਫੈਸਲੇ ਦੇ ਨਾਲ ਕਿਉਂਕਿ ਪਹਿਲਾਂ ਉਹ ਮੰਨਦੇ ਸੀ ਮੇਰਾ ਫੈਸਲਾ ਪਹਿਲਾਂ ਮੈਂ ਉਹਨਾਂ ਨੂੰ ਫੈਸਲਾ ਜਿਹੜਾ ਸੁਣਾਉਂਦਾ ਸੀ ਉਹਦੇ ਤੇ ਉਹ ਇੰਪਲੀਮੈਂਟ ਕਰਦੇ ਸੀ ਜੇ ਮੈਂ ਉਹਨਾਂ ਨੂੰ ਕਹਿੰਦਾ ਸੀ ਇਹ ਕੰਮ ਕਰਨਾ ਉਹ ਮੇਰੇ ਪਿੱਛੇ ਲੱਗਦੇ ਸੀ ਪਰ ਹੁਣ ਮੈਂ ਉਸ ਪੋਜੀਸ਼ਨ ਤੇ ਮੈਨੂੰ ਖੜਾ ਕਰਤਾ ਦਾ ਇਨਾ ਪੋਲਿਟੀਕਲ ਸਿਸਟਮ ਨੇ ਕਿ ਮੈਨੂੰ ਅੱਜ ਉਹਨਾਂ ਦਾ ਕਹਿਣਾ ਮੰਨਣਾ ਪੈਣਾ ਮੇਰੀ ਮਜਬੂਰੀ ਬਣ ਗਈ ਹੈ ਕਿਉਂਕਿ ਮੈਂ ਮੈਂ ਆਪਣਾ ਮਨ ਮਾਰ ਸਕਦਾ ਪਰ ਉਹਨਾਂ ਦੇ ਮਨਾਂ ਦਾ ਜਿਹੜਾ ਰੋਸ ਹੈ ਉਹ ਉਹ ਕੱਢਣ ਵਾਸਤੇ ਮੈਨੂੰ ਉਹਨਾਂ ਦਾ ਹੀ ਫੈਸਲਾ ਮੰਨਣਾ ਪੈਣਾ ਵਿਚਾਰ ਕਰਾਂਗੇ ਸਲਾਹ ਕਰਾਂਗੇ ਜੋ ਸਾਰਿਆਂ ਦੀ ਮਨਜ਼ੂਰੀ ਹੋਏਗੀ ਜਿਸ ਚੀਜ਼ ਤੇ ਸਾਰੇ ਮੋਰ ਲਾਣਗੇ ਉਹਦੇ ਨਾਲ ਬਬਲੂ ਚੱਲੇਗਾ ਉਹਦੇ ਨਾਲ ਕਾਡਿਸ਼ਾ ਪਰਿਵਾਰ ਚੱਲੇਗਾ ਕਿਉਂਕਿ ਹੁਣ ਮੇਰਾ ਪਰਿਵਾਰ ਕੋਈ 5 ਜਾਣਿਆਂ ਦਾ ਜਾਂ 10 ਜਾਣਿਆਂ ਦਾ ਨਹੀਂ ਹੈ ਮੇਰਾ ਬਹੁਤ ਵੱਡਾ ਪਰਿਵਾਰ ਹੈ ਜਿਸ ਵਿੱਚ ਮੇਰੀ ਵਾਰਡ ਆਂਦੀ ਹੈ ਜਿਨ੍ਹਾਂ ਨੇ ਮੈਨੂੰ ਨਵਾਜਿਆ ਜਿਨ੍ਹਾਂ ਨੇ ਮੇਰੀ ਵਾਈਫ ਨੂੰ ਕਾਉਂਸਲਰ ਬਣਾਇਆ ਉਹਦੇ ਵਿੱਚ ਮੇਰੇ ਸਾਥੀ ਆਂਦੇ ਨੇ ਜਿਹੜੇ ਦਿਨ ਰਾਤ ਮੇਰੇ ਨਾਲ ਲੱਗੇ ਰਹਿੰਦੇ ਸੀ ਇਲੈਕਸ਼ਨਾਂ 'ਚ ਬਬਲੂ ਜੀ ਇੱਕ ਮੇਰਾ ਸਵਾਲ ਹੋਰ ਹੈ ਕਿ ਫਤਿਹਗੜ ਚੂੜੀਆਂ ਵਿੱਚ ਇਹ ਵੀ ਚਰਚਾਵਾਂ ਚੱਲ ਰਹੀਆਂ ਹਨ ਕਿ ਜਦੋਂ ਵੀ ਕੋਈ ਵਰਕਰ ਕੋਈ ਆਪਣੇ ਮੋਦ ਬੇ ਰਿਵਾਰਡ ਦੇ ਨੂੰ ਨਾਲ ਲੈ ਕੇ ਚੰਡੀਗੜ੍ਹ ਬਦਲੀਆਂ ਕਰਾਉਣ ਬਾਰੇ ਜਾਂਦਾ ਸੀ ਤੇ ਅੱਗੋ ਇਹ ਲੋਕ ਕਹਿ ਰਹੇ ਨੇ ਕਿ ਉੱਥੇ ਲੀਡਰ ਦਾ ਰੁੱਖਾਪਨ ਜਿਹੜਾ ਉਹਨਾਂ ਨੂੰ ਨਿਰਾਸ਼ਾ ਦੇ ਹਾਲਮ ਵਿੱਚ ਪਾ ਦਿੰਦਾ ਸੀ ਕਿ ਤੁਹਾਨੂੰ ਵੀ ਕਦੀ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਨਿਕਲਣਾ ਪਿਆ ਨਹੀਂ ਦੇਖੋ ਮੈਂ ਜਿਹੜੀ ਸੱਚ ਗੱਲ ਉਹ ਕਰੂੰਗਾ ਪਹਿਲੀ ਗੱਲ ਤੇ ਇਹ ਹੈ ਕਿ ਮੇਰਾ ਉਥੋਂ ਰਿਕਾਰਡ ਘਡਾ ਲੋ ਚੰਡੀਗੜ੍ਹ ਦਾ ਮੈਂ 50 ਸਾਲਾਂ ਚ ਕੋਈ ਇੱਕ ਵੀ ਬਦਲੀ ਸ਼ਹਿਰ ਦੀ ਇਹ ਕਰਵਾਈ ਹੋਏ ਤੇ ਨਾ ਹੀ ਮੈਨੂੰ ਲੋੜ ਪਈ ਕਿਉਂਕਿ ਨਾ ਹੀ ਮੈਨੂੰ ਕਿਸੇ ਨੇ ਕਿਹਾ ਇੱਕ ਅੱਧੀ ਹੋਏਗੀ ਜਿਹੜੀ ਫੋਨ ਤੇ ਹੀ ਮੇਰੀ ਹੋ ਗਈ ਸੀ ਪਰ ਮੈਂ ਇਸ ਤੋਂ ਇਲਾਵਾ ਜੇ ਕਹਾਂ ਤਾਂ ਮੈਂ ਵੇਖੋ ਇਹ ਤੇ ਉਹਨਾਂ ਨੂੰ ਪਤਾ ਜਿਹੜੇ ਬਦਲੀਆਂ ਕਰਾਉਣ ਵਾਸਤੇ ਠੀਕ ਹੈ ਇਹਦੇ ਚ ਬੜੀਆਂ ਮਜਬੂਰੀਆਂ ਹੁੰਦੀਆਂ ਲੀਡਰਾਂ ਦੀਆਂ ਵੀ ਮਜਬੂਰੀਆਂ ਹੁੰਦੀਆਂ ਕੁਝ ਕੰਮ ਹੋ ਸਕਦੇ ਆ ਕੁਝ ਨਹੀਂ ਹੋ ਸਕਦੇ ਸਾਰੀ ਦੁਨੀਆ ਦੇ ਕੰਮ ਨਹੀਂ ਹੁੰਦੇ ਪਰ ਜਿਹੜੇ ਇਹ ਕੰਮ ਜਿਹੜੇ ਇਸ ਕੰਮ ਦੇ ਮਾਰਸ਼ਲ ਸੀ ਬਦਲੀਆਂ ਬਦਲੀਆਂ ਕਰਾਉਣ ਵਾਲੇ ਉਹ ਬੜੇ ਇੱਥੇ ਘੁੰਮਦੇ ਰਹੇ ਨੇ ਜਿਹੜੇ ਚਟੇਕੁੜਤੇ ਜੰਮੇ ਪਾ ਕੇ ਸਿਰੇ ਤੁਰ ਪੈਂਦੇ ਹੁੰਦੇ ਸੀ ਔਰ ਕੀ ਉਹਨਾਂ ਨਾਲ ਉੱਥੇ ਹੋਇਆ ਉਹਦੇ ਬਾਰੇ ਮੈਨੂੰ ਨਹੀਂ ਜਾਣਕਾਰੀ ਹੈਗੀ ਇਹ ਉਹ ਹੀ ਦੱਸ ਸਕਦੇ ਆ ਜਿਹੜੇ ਤੁਹਾਨੂੰ ਇਹ ਸਵਾਲ ਕਰ ਰਹੇ ਨੇ ਮੇਰੇ ਨਾਲ ਕੁਛ ਇਦਾਂ ਦਾ ਨਹੀਂ ਹੋਇਆ ਕਿਉਂਕਿ ਮੈਂ ਨਾ ਤਾਂ ਕੋਈ ਬਦਲੀ ਕਰਵਾਈ ਨਾ ਮੈਂ ਬਦਲੀ ਵਾਸਤੇ ਉੱਥੇ ਕਦੀ ਗਿਆ ਸੰਨ ਸ਼੍ਰੀਸ਼ਕਮਰ ਬਬਲੂ ਜੀ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਤੇ ਲਾਈਵ ਭਾਰਤ ਤੇ ਗੱਲਬਾਤ ਕੀਤੀ ਇਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸ਼ਹਿਰ ਵਿੱਚ ਚਰਚਾਵਾਂ ਚੱਲ ਰਹੀਆਂ ਹਨ ਕਿ ਸ਼੍ਰੀਸ਼ਕਮਰ ਬਬੂ ਦਾ ਪਰਿਵਾਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਹੋਰ ਕੋਈ ਜੁਆਇਨ ਕਰ ਸਕਦਾ ਇਸ ਬਾਬਤ ਇਹਨਾਂ ਬੜੇ ਖੁੱਲੇ ਲਫਜ਼ਾਂ ਵਿੱਚ ਇਹ ਗੱਲ ਕਹੀ ਹੈ ਕਿ ਵਰਕਰ ਕੀ ਉਹਨਾਂ ਉਹਨਾਂ ਦਾ ਪਰਿਵਾਰ ਹਨ ਉਹ ਆਪਣੇ ਪਰਿਵਾਰ ਦੇ ਨਾਲ ਬਹਿ ਕੇ ਗੱਲਬਾਤ ਕਰਨਗੇ ਜੋ ਉਹਨਾਂ ਨੂੰ ਹੁਕਮ ਦੇਣਗੇ ਉਹ ਅੱਗੇ ਉਹ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਅਗਲਾ ਸਟੈਪ ਚੁੱਕਣਗੇ ਫੇਲ ਦੀ ਹਾਲ ਇਸ ਵਿੱਚ ਇਹ ਬਾਝਾਰਤ ਬਣੀ ਹੈ ਕਿ ਆਉਣ ਵਾਲੇ ਸਮੇਂ ਦੇ ਦਰਮਿਆਨ ਕੋਡੇ ਸ਼ਾਹ ਦਾ ਪਰਿਵਾਰ ਕਾਂਗਰਸ ਪਾਰਟੀ ਵਿੱਚ ਰਹੇਗਾ ਜਾਂ ਨਹੀਂ ਰਹੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਮੈਂ ਪਲਵਿੰਦਰ ਸਿੰਘ ਸਰੰਗਲ ਮੇਰੇ ਸਹਿਯੋਗੀ ਸਾਥੀ ਡਾਕਟਰ ਵਿਕਰਮਜੀਤ ਜੀ ਲਾਈ ਬਾਰਤ ਫਰੇਗੜ ਜੁੜੀ